ਸੁਪਰ ਸੀਟਰ ਆ ਪਾਉਣਾ ਯਾਰ ਉਹ ਆਪਾਂ ਇਧਰ ਯੱਟ ਦੀ ਫੋਟੋ ਲੱਗੀ ਪਈ ਆ ਯੱਟ ਤਾਂ ਨਾਲ ਨਾਲ ਹੀ ਰਹਿਣਾ ਕਿਤੇ ਮਰਜ਼ੀ ਵਾ ਜਾ ਯੱਟ ਨੇ ਨਾਲ ਹੀ ਜਾਣਾ ਹੁੰਦਾ ਆਪਣੇ ਯੱਟ ਨਹੀਂ ਕਿਸੇ ਨੇ ਬਣ ਜਾਣਾ ਲੱਲੀ ਛੱਲੀ ਨੱਤ ਜੰਮਦੀ ਯੱਟ ਮੰਗੂ ਤੁਰਿਆਂ ਦੇ ਰਾਹ ਵੀ ਬਣੇ ਜਿੱਦਾਂ ਤੇਰੇ ਮੰਗੂ ਤੁਰਿਆਂ ਦੇ ਰਾਹ ਬਣਦੇ ਨੇ ਯੱਟ ਦਾ ਯੱਟ ਹੀ ਹੈ ਯੱਟ ਬਾਰੇ ਉਹਨੂੰ ਕੀ ਦੱਸਾਂ ਇੱਧਰ ਆ ਯੱਟ ਸਾਡਾ ਹੈ ਕਰ ਸਾਡੇ ਵਾਲ ਦਾ ਕਲਾਨਾ ਕਰ ਥੋੜ੍ਹਾ ਜਿਹਾ ਇਹ ਘੜੂ ਮੈਨੂੰ ਕਦੀ ਘੜੇ ਇਹ ਮੇਰੇ ਪਾਊ ਆ ਸ਼ਾਂਪ ਇਹ ਆ ਪਾਉਣਾ ਹੈ ਓਕੇ ਓਕੇ ਠੀਕ ਹੈ ਬਾਈ ਕੀ ਹਾਲ ਆ ਵੀਰ ਠੀਕ ਹੈ ਬਾਈ ਆ ਜਾਓ ਬਾਈ ਉਹ ਸੋਨ ਲੀਕ ਇਹਦੇ ਚਲਾਉਂਦੇ ਨੇ ਪਹਿਲਾਂ ਅੱਠ ਫੁੱਟ ਹੈਗਾ ਅੱਠ ਫੁੱਟ ਆ ਪਹਿਲਾਂ ਮੈਨੂੰ ਨਾ ਭੁਲੇਖਾ ਰਹਿ ਗਿਆ ਮੈਨੂੰ ਲੱਗਾ ਕਿਤੇ ਨੌ ਫੁੱਟ ਅੱਠ ਫੁੱਟ ਆ ਵੈਸੇ ਅਤੇ ਤੁਸੀਂ ਦੇਖੋ ਇਹ ਵੀ ਮੰਨ ਲਓ ਮੂਹਰੋਂ ਚੱਕਿਆ ਜਾਂਦਾ ਐਡਾ ਲੰਮਾ ਟਰੈਕਟਰ ਹੋਣ ਦੇ ਬਾਵਜੂਦ ਵੀ ਚੱਕਿਆ ਜਾਂਦਾ ਅਤੇ ਆਪਣਾ ਜਾਂਦੀ ਆ ਤੁਹਾਨੂੰ ਪਤਾ ਇਹਦਾ ਵੱਧ ਖੜਾ ਹੁੰਦਾ ਹੁੰਦਾ ਨਾ ਇਹ ਤਾਂ ਇੱਦੂ ਵੀ ਜ਼ਿਆਦਾ ਖੜਾ ਹੋਊ ਟਰੈਕਟਰ ਆਪਣਾ ਵਾਲ ਦਾ ਜਦੋਂ ਇਹ ਮੂਹਰੋਂ ਇੰਨਾ ਚੱਕੀ ਲੈਣ ਵਾਲੇ ਬੇਲਟ ਵੀ ਬਹੁਤ ਲੱਗਿਆ ਹੋਇਆ ਮੂਹਰੇ ਮਾਰਦਾ ਨਾ ਲਲਕਾਰੇ ਬਾਕੀ ਜੱਟ ਦੀ ਫੋਟੋ ਆ ਲਲਕਾਰੇ ਕਿਉਂ ਨਾ ਮਾਰੇ ਆਏ ਹਾਏ ਬਸ ਇੱਥੇ ਕਿਹੜਾ ਲਾ ਉੱਥੇ ਡੇਕਾ ਲਾਊ ਬੈਟਰੀ ਦੀ ਵੇਟ ਕਰਕੇ ਪੂਰਾ ਫਰਕ ਪੈਂਦਾ ਭਰਾਵਾ ਕੋਈ ਬਾਲਾ ਖੜਾ ਨੀ ਹੁੰਦਾ ਉਹ ਮਾਰੀ ਜਾਂਦੇ ਨੇ ਲੋਕ ਬਾਲਾ ਖੜਾ ਹੁੰਦਾ ਚੌਂਡੀਅਰ ਤਾਂ ਜਦੋਂ ਆਪਾਂ ਜ਼ੋਰ ਨਾਲ ਕਲੱਚ ਛੱਡ ਦੇਣਾ ਫਿਰ ਮਾੜਾ ਮੋਟਾ ਅੱਗੋਂ ਚੱਕੀ ਦਾ ਨਹੀਂ ਨੀ ਚੱਕੀ ਦਾ ਆਰਾਮ ਨਾਲ ਜਾਂਦਾ ਸੜਕ ਤੇ ਕੋਈ ਚੱਕਰ ਨੀ ਹੈਗਾ ਬਿਲਕੁਲ ਵੀ ਆਫਲੀ ਚ ਵੱਜ ਕੇ ਮਾੜੇ ਨੋਰਮਲ ਟਾਇਰ ਤਾਂ ਚੱਲਦਾ ਕਿੰਨਾ ਖੜਾ ਹੁੰਦਾ ਨਾਲੇ ਅੱਠ ਫੁੱਟ ਆ ਫਿਰ ਵੀ ਕਿੰਨਾ ਹੀ ਬਾਹਰ ਨੂੰ ਨਾਲੇ ਕੋਈ ਖਾਸ ਨਹੀਂ ਹੈਗਾ ਉਵੇਂ ਮਰੀ ਜਾਂਦੇ ਨੇ ਲੋਕ ਉਵੇਂ ਸਾਡੇ ਤੇ ਪ੍ਰੈਸ਼ਰ ਮਾਰ ਕੇ ਮਹਾਂ ਮੂਹਰੇ ਬੰਦੇ ਚੜਾਉਣੇ ਪੈਣਗੇ ਆ ਅਰਜਨ ਨੋਵੋ ਆ ਨਾ ਆ ਅਰਜਨ ਨੋਵੋ 7 ਫੁੱਟ ਦਾ ਰੋਟਾਵੇਟਰ ਆ ਉਹਦੇ ਵਿੱਚ ਇੱਧਰ ਤਾਂ ਤੁਹਾਨੂੰ ਪਤਾ ਹੀ ਆ ਮੌਜਾ ਦਾ ਲਓ ਜੀ ਰੈਡੀ ਗੁੱਡ ਰੈਡੀ ਗੋ ਆ ਕੰਮ ਸਾਰਾ ਤੇ ਬੀ ਪਾਉਣ ਲੱਗਿਆ ਤੇ ਮੇਰਾ ਭਰਾ ਬੀ ਪਾਉਣ ਲੱਗਿਆ ਟੈਸਟ ਟੈਕਨੋਲੋਜੀ ਵਾਲਾ ਇਹ ਰਿਕਾਰਡ ਆਪਣਾ ਤੇ ਹੁਣ ਪਾ ਕੇ ਵੀ 50 ਕਿਲੋ ਦੇ ਹਿਸਾਬ ਨਾਲ ਬੀ ਪਾਉਣ ਦੀ ਆਪਣੀ ਤਮੰਨਾ ਗੀ 50 ਕਿਲੋ ਨਾਲ ਵਧੀਆ ਹੋ ਜਾਂਦਾ ਆਪਣੇ ਸਿਸਟਮ ਤੇ ਆ ਗਰਾਰੀ ਜੀ ਸੱਟ ਕੇ ਥੱਲੇ ਚੱਲ ਮੇਰਾ ਭਾਈ ਦੱਬਦੇ ਆ ਕੰਮ ਹੈ ਤੁਹਾਨੂੰ ਕਿੰਨਾ ਕੁ ਤੁਰਦਾ ਕੀ ਹਿਸਾਬ ਕਿਤਾਬ ਆ
ਇੱਥੇ ਸਿੱਧਾ ਬਹਿ ਕੇ ਜਾਣਗੇ ਥੱਲੇ ਕਰ ਲਓ ਭਾਈ ਗੱਲ ਬਣਾਉਂਦਾ ਤੁਰ ਜਾਂਦਾ ਇਹ 3 ਤੇ ਜਾ ਰਿਹਾ ਬਾਈ ਜੀ ਹੁਣ ਦੇਖੋ ਸਫਾਈ ਵੀ ਉਨੀ ਆ ਵਾਹੇ ਹੋਏ ਕਰਕੇ ਬਾਈ ਨਹੀਂ ਕਰਚੇ ਨਾ ਕਿੱਥੇ ਹੋ ਜੂ ਸਫਾਈ ਚੈੱਕ ਕਰ ਲਓ ਪਿਆਰੇ ਸਫਾਈ ਚੈੱਕ ਕਰ ਲਓ ਤੇ ਤੋਰਾ ਚੈੱਕ ਕਰ ਲਓ ਫੁੱਲ ਤੇਜ਼ ਤੁਰਦਾ ਨਾਲੇ ਸਫਾਈ ਚੈੱਕ ਕਰ ਲਓ ਇਹ 3 ਗੇਅਰ ਲਾਇਆ ਹੋਇਆ ਇਹ 3 ਮੈਂ ਵਾਰ ਵਾਰ ਦੱਸ ਰਿਹਾ ਇਹ 3 ਗੇਅਰ ਲਾਇਆ ਹੋਇਆ ਸਮਝਦੇ ਹੋ ਇਹ 3 ਮਤਲਬ ਵੀ ਸਵਰਾਜ ਦਾ ਮੰਨ ਕੇ ਚੱਲੋ ਵੀ ਦੂਜਾ ਲੋਹ ਲਾਇਆ ਹੋਇਆ ਐ ਮੰਨ ਲਓ ਤੇ ਤੁਸੀਂ ਦੇਖ ਸਕਦੇ ਹੋ ਫਾਕੇ ਵੜਦਾ ਤੁਰ ਜਾਂਦਾ ਤੇ ਉੱਧਰ ਧੂੰਆਂ ਚੈੱਕ ਕਰ ਲਓ ਭੋਰਾ ਵੀ ਧੂੰਆਂ ਨਹੀਂ ਤੇ ਭੋਰਾ ਵੀ ਜ਼ੋਰ ਨਹੀਂ ਲੱਗ ਰਿਹਾ ਬਿਲਕੁਲ ਹੀ ਜੀ ਤਰੀਕੇ ਨਾਲ ਯਾਰ ਬਿਲਕੁਲ ਹੀ ਜੀ ਤਰੀਕੇ ਨਾਲ ਤੇ ਬਾਕੀ ਤੁਹਾਨੂੰ ਪਤਾ ਹੀ ਆ ਇਹ ਖੜਾ ਮੂਹਰੋਂ ਜ਼ਰੂਰ ਹੁੰਦਾ ਨਾ ਥੋੜ੍ਹਾ ਜਿਹਾ ਆਹ ਜਿਹੜਾ ਸਵਾਦ ਆ ਨਾ ਇਹ ਕੁੜੀ ਆ ਵਾ ਕਾਰਾਂ ਕੂਰਾਂ ਚਲਾਉਣ 'ਚ ਕਿੱਥੇ ਆ ਰਹੇ ਇਹ ਐਂ
बड़ा नजारा आंदा मोड़न का। आ जिन्ना स्वाद भाई इन मोड़ तो मोड़न का आंदा ना सुपर सीटर पाए तो कुछ ही कोई ना, दुनिया का कोई स्वाद नहीं है इदू उत्ते। दुनिया ते दो स्वाद ही बने ने मित्रो, एक तो ट्राली खुब जे झूटे मार मार कढ़नी होवे, दूजा स्वाद ट्रैक्टर मगर पाया होवे सुपर सीटर कवाटल पाया होवे बी ते जाके सिरे तो लिफ्ट चक के घुमाना होवे। हैं बस यही दो स्वाद ने दुनिया ते, होर की मैं इत्थे लै जाना ना, यही दो स्वाद ने बस, यही स्वाद करके मैं जिंदगी जिया रहा, बाकी होर आपां नूं बड़ा मोह नहीं है जिंदगी ना, बस यही दो स्वाद ने अपने पल्ले, होर की है। कमेंट जरूर कर दो जिहड़ा जिहड़ा भरा ये स्वादा करके जिंदगी जिया रहा है, मन दो ये गल भी ये सारे सिरे के स्वाद ने खेतीबाड़ी च है ऐ गल। फिर ट्रैक्टर नू मेरे साल नू पता भी नहीं लगता भी मगर कुछ चल रहा है मेरे। ਇਹਨਾਂ ਮੁੜੇ ਨਾ ਰੁੜੇ ਉੱਤੇ ਕੌਣ ਬੈਠੂ, ਆਪਾਂ ਇੰਦੀ ਰੋਡ ਤਾਂ ਦਿੱਤਾ, ਆਹ ਦੇਖ ਲੈ ਇਹਨਾਂ ਦੇ ਕੰਮ ਦੇਖ ਲੈ ਇਹਨਾਂ ਦੇ, ਦੇਖ ਦੇਖ ਲੱਛਣ ਦੇ ਲੱਛਣ ਦੇ, ਇਹ ਮੂਹਰੇ ਮਾਰੂ ਕੰਧ 'ਚ, ਏ ਉੱਡ ਲੈ ਉੱਡ ਲੈ, ਕੱਟ ਜੇ ਮਰੀ ਨਾ ਦੇਸਿਆ ਕੜਾਂਗੇ ਤੈਨੂੰ। ਨਹੀਂ ਭਾਈ ਜੀ ਨਹੀਂ। ਹਾਂਜੀ ਤੇਰੇ ਵੀਰੋ ਸਾਡੇ ਦਰਮਿਆਨ ਪਹੁੰਚੇ ਨੇ, ਸਿੱਧੂ ਪੈਟਰੋਲ ਪੰਪ ਨਹੀਂ 2000 ਦੀ ਬਦੇ ਵੈਸਟਰ ਪਿੰਡੂ ਜੀ ਲੋਕ ਜੋ ਕਿ ਸਾਡੇ ਦਰਮਿਆਨ ਪਹੁੰਚ ਚੁੱਕੇ ਨੇ, ਉਹਦਾ ਪਤਾ 2000 ਦੇ ਤੇਲ ਨਾਲ 5 ਕਿੱਲੇ ਸੁਪਰ ਸੀਟਰ ਨਾਲ ਬੀਜਤਾ, ਗੱਲ ਬਣਾਤੀ 2000 ਦਾ ਤੇਲ ਖਾਦਾ, 2000 ਚ ਕਿੰਨੇ ਲੀਟਰ ਆਏ ਸੀ ਓਏ, 23 ਲੀਟਰ ਆਏ, 23 ਲੀਟਰ ਨਾਲ 5 ਕਿੱਲੇ ਬੀਜਤੇ, ਬਾਕੀ ਤੁਸੀਂ ਆਪ ਸਿਆਣੋ ਕਿੰਨੇ ਲੀਟਰ ਕਿੱਲੇ ਨੂੰ ਆ ਗਿਆ। ਮੇਰਾ ਵੀਰ ਵੈਸਟਰਨ ਪੇਂਡੂ ਜਿਹਨੂੰ ਕਿ ਲੋਕ ਪਿਆਰ ਨਾਲ ਵੈਸਟਰਨ ਪੇਂਡੂ ਕਹਿੰਦੇ ਨੇ, ਸਾਡੇ ਦਰਮਿਆਨ ਅੱਜ ਪਹੁੰਚੇ ਨੇ ਪੈਟਰੋਲ ਪੰਪ 'ਤੇ, ਜੋ ਕਿ ਦਰਸ਼ਕ ਵੀਰੋ ਮੇਰੇ ਵੀਰੋ ਤੁਹਾਡੇ ਨਾਲ ਆਪਣੇ ਵਿਚਾਰ ਸਾਂਝੇ ਕਰਨਗੇ। ਆਓ ਜੀ ਪੇਂਡੂ ਜੀ ਜੋ ਕਿ ਇਸ ਟਾਈਮ ਕਣਕ ਬੀਜ ਰਹੇ ਨੇ ਬਾਈ ਜੀ, ਕੁਛ ਸਮਾਂ ਪਹਿਲਾਂ ਸਿੱਧੂ ਮੂਸੇਵਾਲ ਦੇ ਨਾਲ ਵੀ ਰਹਿੰਦੇ ਰਹੇ ਨੇ, ਗੀਤ ਵੀ ਗਾ ਚੁੱਕੇ ਨੇ ਉਹਨਾਂ ਨਾਲ, ਜੇ ਬਾਈ ਅੱਜ ਜਿੰਦਾ ਹੁੰਦਾ ਤਾਂ ਮੇਰਾ ਵੀਰ ਅੱਜ ਬਹੁਤ ਸਿਖਰਾਂ 'ਤੇ ਪਹੁੰਚ ਜਾਣਾ ਸੀ, ਜੋ ਕਿ ਬਹੁਤ ਮਾੜਾ ਹੋਇਆ, ਬਾਈ ਸਿੱਧੂ ਮੂਸੇਵਾਲਾ ਚਲਾ ਗਿਆ। ਧੰਨਵਾਦ।